ਭਾਈ ਨਾਮ ਮੇਰਾ ਦੀਪਕ ਆ ਜੀ, ਨਿਵਾਸੀ? ਠੀਕ ਪੇਠਣ ਮਹੱਲੇ ਦਾ ਜੀ। ਹੈ ਟ੍ਰਾਫਿਕ ਦਾ? ਭਾਜੀ ਮੈਂ ਉੱਧਰ ਆਉਂਦਾ ਪਿਆ, ਇੱਧਰ ਪੰਜ ਮੁੰਡੇ ਸੀ, ਇੱਕ ਮੁੰਡੇ ਨੇ ਪਹਿਲਾਂ ਫੜਿਆ, ਚਾਰ ਮੁੰਡੇ ਹੋਰ ਆ ਗਏ। ਮੈਂ ਮੋਟਰਸਾਈਕਲ ਤੋਂ ਡਿੱਗ ਗਿਆ, ਮੈਨੂੰ ਕੁੱਟੀ ਜਾਣ। ਉਹਨਾਂ ਕੋਲ ਹਥਿਆਰ ਸੀ, ਉਹਨਾਂ ਨੇ ਨਾਸਾਂ ਤੇ ਮਾਰਤਾ ਜੀ ਮੇਰੇ ਨੱਕ ਉੱਤੇ ਜੀ। ਕੋਈ ਪਹਿਲਾਂ ਦੁਸ਼ਮਣੀ ਹੋਵੇ ਕਿਸੇ ਨਾਲ, ਨਹੀਂ ਜੀ ਕੋਈ ਲੈਣ ਦੇਣ ਪੈਸੇ ਦਾ? ਨਹੀਂ ਭਾਜੀ, ਨੁਕਸਾਨ ਕਿੰਨਾ ਤੁਹਾਡਾ? ਮੇਰੇ ਜੀ ਜੇਬ ਦੇ ਵਿੱਚ ਪੈਸੇ ਸੀ ਜੀ, ਕਿੰਨੇ ਕੁ ਪੇਮੈਂਟ? 4-5 ਹਜ਼ਾਰ ਰੁਪਇਆ ਸੀ ਜੀ। ਕੰਮ ਕੀ ਕਰਦੇ ਤੁਸੀਂ? ਭਾਜੀ ਮੈਂ ਦੁੱਧ ਦਾ ਕੰਮ ਕਰਦਾ ਜੀ। ਹੁਣ ਦੁੱਧ ਪਾਉਣ ਹੀ ਜਾ ਰਹੇ? ਹਾਂਜੀ, ਦੁੱਧ ਪਾਉਣ, ਔਰ ਘਰੋਂ ਲੈ ਕੇ ਦੁੱਧ ਪਾਉਣ ਜਾਂਦੇ ਪਏ ਹਾਂ। ਹਾਂਜੀ, ਕਿੰਨੇ ਕੁ ਇਹਦਾ ਸਮਾਂ? ਕਿੱਥੇ ਕੁ ਆ ਦੱਸੋ ਜੀ? ਛੇਲੇ ਵਾਲੇ ਚੌਂਕ 'ਚ, ਥੋੜ੍ਹਾ ਜਿਹਾ ਬੈਕ ਸਾਈਡ ਤੋਂ ਪਿੱਛੇ ਨਾਲ ਲਓ ਜੀ। ਮੈਂ ਡਾਕਟਰ ਹਰਪ੍ਰੀਤ ਸਿੰਘ, ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਤੋਂ। ਸਾਡੇ ਕੋਲ ਤਕਰੀਬਨ 8:30 ਵਜੇ ਇੱਕ ਅਜੇ ਲੜਾਈ ਝਗੜੇ ਦਾ ਕੇਸ ਆਇਆ, ਜਿਹਦਾ ਨਾਮ ਦੀਪਕ ਹੈ। 25 ਸਾਲ ਉਹਦੀ ਉਮਰ ਹੈ, ਸਟੇਸ਼ਨ ਮਹੱਲੇ ਦਾ ਰਹਿਣ ਵਾਲਾ। ਉਹਦੇ ਫੇਸ 'ਤੇ ਕਾਫੀ ਸੱਟ ਲੱਗੀ ਹੋਈ ਆ, ਉਹਦੀ MLR ਕੱਟ ਦਿੱਤੀ ਗਈ ਆ, ਅਤੇ ਜਿਹੜੀ ਇੰਜਰੀ ਆ ਅੰਡਰ ਓਬਜ਼ਰਵੇਸ਼ਨ ਐਕਸਰੇ ਵਾਸਤੇ ਆਪਾਂ ਰੱਖ ਲਈ ਹੈ। ਸਥਿਤੀ ਫਿਲਹਾਲ ਸਟੇਬਲ ਹੈ। ਹਾਂਜੀ ਹਾਂਜੀ, ਹਜੇ ਇਲਾਜ ਦੀ ਨੇ, ਐਡਮਿਟ ਹੈ। MLR ਕੱਟ ਕੇ ਉਹ ਆਪਾਂ ਪੁਲਿਸ ਨੂੰ ਭੇਜ ਦਿੱਤੀ ਹੈ ਅਗਲੇ ਕਾਰਵਾਈ ਵਾਸਤੇ। ਭਾਈ ਨਾਮ ਮੇਰਾ ਦੀਪਕ ਆ ਜੀ, ਕਿੱਥੋਂ ਨਿਵਾਸੀ? ਪੇਠਣ ਮਹੱਲੇ ਦਾ ਜੀ। ਠੀਕ ਹੈ, ਟ੍ਰਾਫਿਕ ਦਾ? ਭਾਜੀ ਮੈਂ ਉੱਧਰ ਆਉਂਦਾ ਪਿਆ, ਇੱਧਰ ਪੰਜ ਮੁੰਡੇ ਸੀ, ਇੱਕ ਮੁੰਡੇ ਨੇ ਪਹਿਲਾਂ ਫੜਿਆ, ਚਾਰ ਮੁੰਡੇ ਹੋਰ ਆ ਗਏ। ਮੈਂ ਮੋਟਰਸਾਈਕਲ ਤੋਂ ਡਿੱਗ ਗਿਆ, ਮੈਨੂੰ ਕੁੱਟੀ ਜਾਣ। ਉਹਨਾਂ ਕੋਲ ਹਥਿਆਰ ਸੀ, ਉਹਨਾਂ ਨੇ ਨਾਸਾਂ ਤੇ ਮਾਰਤਾ ਜੀ ਮੇਰੇ ਨੱਕ ਉੱਤੇ ਜੀ। ਕੋਈ ਪਹਿਲਾਂ ਦੁਸ਼ਮਣੀ ਹੋਵੇ ਕਿਸੇ ਨਾਲ? ਨਹੀਂ ਜੀ, ਕੋਈ ਲੈਣ ਦੇਣ ਪੈਸੇ ਦਾ? ਨਹੀਂ ਭਾਜੀ। ਨੁਕਸਾਨ ਕਿੰਨਾ ਤੁਹਾਡਾ? ਮੇਰੇ ਜੀ ਜੇਬ ਦੇ ਵਿੱਚ ਪੈਸੇ ਸੀ ਜੀ, ਕਿੰਨੇ ਕੁ ਪੇਮੈਂਟ? 4-5 ਹਜ਼ਾਰ ਰੁਪਇਆ ਸੀ ਜੀ। ਕੰਮ ਕੀ ਕਰਦੇ ਤੁਸੀਂ? ਭਾਜੀ ਮੈਂ ਦੁੱਧ ਦਾ ਕੰਮ ਕਰਦਾ ਜੀ। ਹੁਣ ਦੁੱਧ ਪਾਉਣ ਹੀ ਜਾ ਰਹੇ? ਹਾਂਜੀ, ਦੁੱਧ ਪਾਉਣ, ਔਰ ਘਰੋਂ ਲੈ ਕੇ ਦੁੱਧ ਪਾਉਣ ਜਾਂਦੇ ਪਏ ਹਾਂ। ਹਾਂਜੀ, ਕਿੰਨੇ ਕੁ ਇਹਦਾ ਸਮਾਂ? ਕਿੱਥੇ ਕੁ ਆ ਦੱਸੋ ਜੀ? ਛੇਲੇ ਵਾਲੇ ਚੌਂਕ 'ਚ, ਥੋੜ੍ਹਾ ਜਿਹਾ ਬੈਕ ਸਾਈਡ ਤੋਂ ਪਿੱਛੇ ਨਾਲ ਲਓ ਜੀ। ਮੈਂ ਡਾਕਟਰ ਹਰਪ੍ਰੀਤ ਸਿੰਘ, ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਤੋਂ। ਸਾਡੇ ਕੋਲ ਤਕਰੀਬਨ 8:30 ਵਜੇ ਇੱਕ ਅਜੇ ਲੜਾਈ ਝਗੜੇ ਦਾ ਕੇਸ ਆਇਆ, ਜਿਹਦਾ ਨਾਮ ਦੀਪਕ ਹੈ। 25 ਸਾਲ ਉਹਦੀ ਉਮਰ ਹੈ, ਸਟੇਸ਼ਨ ਮਹੱਲੇ ਦਾ ਰਹਿਣ ਵਾਲਾ। ਉਹਦੇ ਫੇਸ 'ਤੇ ਕਾਫੀ ਸੱਟ ਲੱਗੀ ਹੋਈ ਆ, ਉਹਦੀ MLR ਕੱਟ ਦਿੱਤੀ ਗਈ ਆ, ਅਤੇ ਜਿਹੜੀ ਇੰਜਰੀ ਆ ਅੰਡਰ ਓਬਜ਼ਰਵੇਸ਼ਨ ਐਕਸਰੇ ਵਾਸਤੇ ਆਪਾਂ ਰੱਖ ਲਈ ਹੈ। ਸਥਿਤੀ ਫਿਲਹਾਲ ਸਟੇਬਲ ਹੈ। ਹਾਂਜੀ ਹਾਂਜੀ, ਹਜੇ ਇਲਾਜ ਦੀ ਨੇ, ਐਡਮਿਟ ਹੈ। MLR ਕੱਟ ਕੇ ਉਹ ਆਪਾਂ ਪੁਲਿਸ ਨੂੰ ਭੇਜ ਦਿੱਤੀ ਹੈ ਅਗਲੇ ਕਾਰਵਾਈ ਵਾਸਤੇ। ਭਾਈ ਨਾਮ ਮੇਰਾ ਦੀਪਕ ਆ ਜੀ, ਕਿੱਥੋਂ ਨਿਵਾਸੀ? ਪੇਠਣ ਮਹੱਲੇ ਦਾ ਜੀ। ਠੀਕ ਹੈ, ਟ੍ਰਾਫਿਕ ਦਾ? ਭਾਜੀ ਮੈਂ ਉੱਧਰ ਆਉਂਦਾ ਪਿਆ, ਇੱਧਰ ਪੰਜ ਮੁੰਡੇ ਸੀ, ਇੱਕ ਮੁੰਡੇ ਨੇ ਪਹਿਲਾਂ ਫੜਿਆ, ਚਾਰ ਮੁੰਡੇ ਹੋਰ ਆ ਗਏ। ਮੈਂ ਮੋਟਰਸਾਈਕਲ ਤੋਂ ਡਿੱਗ ਗਿਆ, ਮੈਨੂੰ ਕੁੱਟੀ ਜਾਣ। ਉਹਨਾਂ ਕੋਲ ਹਥਿਆਰ ਸੀ, ਉਹਨਾਂ ਨੇ ਨਾਸਾਂ ਤੇ ਮਾਰਤਾ ਜੀ ਮੇਰੇ ਨੱਕ ਉੱਤੇ ਜੀ। ਕੋਈ ਪਹਿਲਾਂ ਦੁਸ਼ਮਣੀ ਹੋਵੇ ਕਿਸੇ ਨਾਲ? ਨਹੀਂ ਜੀ, ਕੋਈ ਲੈਣ ਦੇਣ ਪੈਸੇ ਦਾ? ਨਹੀਂ ਭਾਜੀ। ਨੁਕਸਾਨ ਕਿੰਨਾ ਤੁਹਾਡਾ? ਮੇਰੇ ਜੀ ਜੇਬ ਦੇ ਵਿੱਚ ਪੈਸੇ ਸੀ ਜੀ, ਕਿੰਨੇ ਕੁ ਪੇਮੈਂਟ? 4-5 ਹਜ਼ਾਰ ਰੁਪਇਆ ਸੀ ਜੀ। ਕੰਮ ਕੀ ਕਰਦੇ ਤੁਸੀਂ? ਭਾਜੀ ਮੈਂ ਦੁੱਧ ਦਾ ਕੰਮ ਕਰਦਾ ਜੀ। ਹੁਣ ਦੁੱਧ ਪਾਉਣ ਹੀ ਜਾ ਰਹੇ? ਹਾਂਜੀ, ਦੁੱਧ ਪਾਉਣ, ਔਰ ਘਰੋਂ ਲੈ ਕੇ ਦੁੱਧ ਪਾਉਣ ਜਾਂਦੇ ਪਏ ਹਾਂ। ਹਾਂਜੀ, ਕਿੰਨੇ ਕੁ ਇਹਦਾ ਸਮਾਂ? ਕਿੱਥੇ ਕੁ ਆ ਦੱਸੋ ਜੀ? ਛੇਲੇ ਵਾਲੇ ਚੌਂਕ 'ਚ, ਥੋੜ੍ਹਾ ਜਿਹਾ ਬੈਕ ਸਾਈਡ ਤੋਂ ਪਿੱਛੇ ਨਾਲ ਲਓ ਜੀ। ਮੈਂ ਡਾਕਟਰ ਹਰਪ੍ਰੀਤ ਸਿੰਘ, ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਤੋਂ। ਸਾਡੇ ਕੋਲ ਤਕਰੀਬਨ 8:30 ਵਜੇ ਇੱਕ ਅਜੇ ਲੜਾਈ ਝਗੜੇ ਦਾ ਕੇਸ ਆਇਆ, ਜਿਹਦਾ ਨਾਮ ਦੀਪਕ ਹੈ। 25 ਸਾਲ ਉਹਦੀ ਉਮਰ ਹੈ, ਸਟੇਸ਼ਨ ਮਹੱਲੇ ਦਾ ਰਹਿਣ ਵਾਲਾ।
ਉਹਦੇ ਫੇਸ ਤੇ ਕਾਫੀ ਸੱਟ ਲੱਗੀ ਹੋਈ ਆ, ਉਹਦੀ MLR ਕੱਟ ਦਿੱਤੀ ਗਈ ਆ, ਤੇ ਜਿਹੜੀ ਇੰਜਰੀ ਆ ਅੰਡਰ ਆਬਜ਼ਰਵੇਸ਼ਨ ਐਕਸਰੇ ਵਾਸਤੇ ਆਪਾਂ ਰੱਖ ਲਈ ਆ। ਸਥਿਤੀ ਫਿਲਹਾਲ ਸਟੇਬਲ ਹੈ। ਹਾਂਜੀ ਹਾਂਜੀ, ਹਜੇ ਇਲਾਜ ਦੀ ਐਡਮਿਟ ਹੈ। MLR ਕੱਟ ਕੇ ਉਹ ਆਪਾਂ ਪੁਲਿਸ ਨੂੰ ਭੇਜ ਦਿੱਤੀ ਹੈ ਅਗਲੇ ਕਾਰਵਾਈ।